आपां ना इस वक्त बैठे हाँ पिंड फेरू राई। पिंड फेरू राई दे विच बापू अवतार सिंह दे घरे बैठे हाँ, ते मैंबर साहब बैठे आ मेरे नाल दलजीत सिंह। ते इन्हां दा जिहड़ा घोड़ियां वाला महकमा दित्ता होया उह दित्ता मुंडे नूं, बाई तेरा नाम की है? पुष्पिंदर सिंह नूं। ਇਹ ਇਹਨਾਂ ਦਾ ਘੋੜਿਆਂ ਵਾਲਾ ਮੰਤਰੀ ਆ, ਘਰ ਦਾ ਕੁੰਜੀ ਮੁਖਤਿਆਰ ਆਪਾਂ ਕਹਿ ਸਕਦੇ ਬਾਪੂ ਆ, ਅਤੇ ਘੋੜਿਆਂ ਦਾ ਕੁੰਜੀ ਮੁਖਤਿਆਰ ਆ ਮੁੰਡਾ ਪੁਸ਼ਪਿੰਦਰ ਸਿੰਘ ਆ। ਇਹ ਇੰਨਾ ਕੁ ਮਤਲਬ ਬਾਹਲਾ ਨਿਆਣਾ ਹੁੰਦਾ, ਨਿੱਕਾ ਹੁੰਦਾ ਹੀ ਘੋੜਿਆਂ 'ਤੇ ਬੈਠਣ ਲੱਗ ਗਿਆ। 6-7 ਸਾਲ ਦੀ ਉਮਰ ਦਾ ਸੀ, ਹਜੇ ਵੀ ਨਿਆਣਾ ਹੀ ਆ, ਅਤੇ ਘੋੜਿਆਂ 'ਤੇ ਬੈਠਣ ਲੱਗ ਗਿਆ। ਵੀ ਅੱਜ ਕੱਲ੍ਹ ਪੂਰਾ ਉਹ ਵਿੱਚ ਹੰਗਾਰਾ ਦਿੰਦਾ ਆਪਣੀ ਗੱਲ ਦੇ, ਅਸਲ ਦੇ ਵਿੱਚ ਉਹ ਵੀ ਕਹਿੰਦਾ ਮੇਰੀ ਵੀ ਗੱਲ ਸੁਣੋ। ਅਤੇ ਉਹ ਇਹ ਬੈਠਣ ਲੱਗ ਗਿਆ ਵਿੱਚ, ਅਤੇ ਹੁਣ ਇਸ ਵਕਤ 'ਤੇ ਪੂਰਾ ਵਧੀਆ ਸਵਾਰ ਬਣ ਗਿਆ। ਅਤੇ ਮਾਲਕ ਨੇ ਕਿਰਪਾ ਕੀਤੀ ਵੀ ਇਕੱਲਾ ਸਵਾਰੀ ਨਹੀਂ ਬਖਸ਼ੀ, ਅਤੇ ਨਾਲ ਦੀ ਨਾਲ ਸਵਾਰੀ ਕਰਾਉਣ ਵਾਲਾ ਘੋੜਾ ਵੀ ਬਖਸ਼ਿਆ। ਆਪਾਂ ਸਾਰੀ ਗੱਲਬਾਤ ਕਰਦੇ ਹਾਂ, ਪਹਿਲਾਂ ਕਰਦੇ ਹਾਂ ਸਵਾਗਤ ਬਾਈ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਬਾਈ ਮਾਲਕ ਨੇ ਘੋੜਾ ਵੀ ਬਖਸ਼ਤਾ, ਸਵਾਰੀ ਕਰਨ ਵਾਲੇ ਬੱਚੇ ਵੀ ਬਖਸ਼ਤੇ, ਅਤੇ ਨਾਲ ਦੀ ਨਾਲ ਬਹੁਤ ਚੰਗਾ ਪਰਿਵਾਰ ਵੀ ਬਖਸ਼ਤਾ, ਹੈ ਨਾ, ਯਾਰ ਮਿੱਤਰ ਦੇ 'ਤੇ। ਤੇ ਵੀਰੇ ਮੈਂ ਪੁਸ਼ਪਿੰਦਰ ਤੇਥੋਂ ਪੁੱਛਦਾ ਆ, ਆਪਾਂ ਪਹਿਲਾਂ ਘੋੜੇ ਬਾਰੇ ਗੱਲ ਕਰਦੇ ਆ ਬਾਈ। ਘੋੜਾ ਕਿਹਦਾ ਬੱਚਾ ਹੈ? ਰੈਂਬੋ ਦਾ ਜੀ, ਜੋਧਾਂ ਵਾਲੇ ਦਾ। ਜੋਧਾਂ ਪਿੰਡ ਜਿਹੜਾ ਰੈਂਬੋ ਕੋਲ? ਹਾਂਜੀ। ਤੇ ਰੈਂਬੋ ਘੋੜਾ ਕਿਹਦਾ ਬੱਚਾ? ਅਲੀ ਕਿਰਲਗੜ ਦਾ। ਅਲੀ ਦਾ ਕਿਰਲਗੜ ਵਾਲੇ ਅੜੀ ਦਾ? ਅਲੀ ਦਾ। ਤੇ ਮੈਨੂੰ ਨਾ ਇੱਕ ਗੱਲ ਇਹਦੇ, ਤੈਨੂੰ ਮੈਨੂੰ ਆਪਦੇ ਬਾਰੇ ਦੱਸ ਵੀ ਤੂੰ ਕਹਿੰਦੇ ਬਹੁਤ ਨਿਆਣਾ ਜਿਹਾ ਹੁੰਦਾ ਘੋੜੇ 'ਤੇ, ਕਿਹਨੇ ਬਹਾਤਾ ਸੀ ਤੈਨੂੰ? ਡੈਡੀ ਜੀ ਨੇ, 7 ਸਾਲ ਦਾ ਜਦੋਂ ਦਾ ਬਹਿਣ ਲੱਗ ਗਏ। ਅੱਛਾ, ਨਿਆਣਾ ਜਿਹਾ ਹੁੰਦਾ ਬਹਿਣ ਲੱਗ ਗਿਆ? ਹਾਂਜੀ। ਤੇ ਘਰੇ ਬਾਈ ਫਿਰ ਬੁੜੀਆਂ ਨੇ ਲੜਾਈ ਕਲੇਸ਼ ਪਾਇਓ, ਜਵਾਕ ਦੇ ਸੱਟ ਮਾਰਾ ਦੇਗਾ ਤੂੰ ਨਿਆਣੇ ਨੂੰ ਭਾ ਦੇਣਾ? ਹੈਂ, ਬਾਹਰ ਖੇਤ ਬਹੁਤ ਬਹਿ ਜਾਂਦਾ ਸੀਗਾ। ਠੀਕ ਹੈ ਜੀ, ਠੀਕ ਆ। ਅਸੀਂ ਪੜਦੇ ਨਹੀਂ ਬਾਹਰ ਭਾ ਦਿੰਦੇ ਸੀਗੇ, ਘਰੇ ਆ ਕੇ ਆ ਪਏ। ਹਾਂ, ਤੇ ਉਦੋਂ ਤਾਂ ਬਹਿਣ ਲੱਗ ਗਿਆ। ਪੌੜੀ ਵੀ ਸਿਆਣੀ ਬਹੁਤ ਸੀ ਜਿਹਦੇ 'ਤੇ ਬੈਠਣ ਲੱਗਿਆ ਪਹਿਲਾਂ। ਠੀਕ ਹੈ ਜੀ। ਨਹੀਂ, ਇਸ ਹਿਸਾਬ ਨਾਲ ਤਾਂ ਫਿਰ ਇਹ ਘਟਨਾ ਹੋਊਗੀ ਅੱਜ ਤੋਂ 13-14 ਸਾਲ ਪਹਿਲਾਂ ਦੀ, ਹੁਣ 20-22 ਸਾਲ ਦਾ ਹੋਇਆ ਵਾ ਇਹ। ਤੇ ਅੱਛਾ, ਉਦੋਂ ਵੀ ਘੋੜੀ ਰੱਖੀ ਸੀ ਤੁਹਾਡੇ ਕੋਲ? ਉਹ ਬਾਈ ਕਿੱਥੋਂ ਲਿਆਏ ਸੀ ਘੋੜੀ? ਉਹ ਮੁੰਮਾ ਤੋਂ ਲਿਆਏ ਸੀ, ਗੁਰਪ੍ਰੀਤ ਤੋਂ, ਮਿੱਤਰੀ ਸੀ ਆਪਣਾ। ਅੱਛਾ, ਉਹ ਘੋੜੀ ਚੰਗੀ ਸੀ? ਹਾਂ, ਬਹੁਤ ਚੰਗੀ ਸੀ। ਉਹਨੇ ਘੋੜੀ ਨੇ ਸਵਾਰ ਬਣਾਤੇ? ਹਾਂਜੀ। ਤੇ ਹੁਣ ਆ ਘੋੜੇ ਨੇ ਕਿੰਨੇ ਸਵਾਰ ਬਣਾਤੇ ਇਹਨਾਂ 'ਚ? ਹੁਣ ਤਾਂ ਸਾਰੇ ਸਵਾਰ ਹੀ ਆ। ਜਿਵੇਂ ਉਹ ਪਰਿੰਡਾਂ ਨੂੰ ਨਹੀਂ ਕੋਈ ਪੁੱਛਦਾ ਸੀਗਾ, ਕਹਿੰਦੇ ਵੀ ਤੁਹਾਡੇ 'ਚੋਂ ਨੰਬਰਦਾਰ ਕੌਣ ਆ? ਉਹ ਕਹਿੰਦਾ ਬਾਈ ਜਿਹਨੂੰ ਮਰਜ਼ੀ ਹੱਥ ਲੜਾ ਸਾਰੇ ਨੰਬਰਦਾਰ ਹੀ ਆ, ਇਹ ਸਾਰੇ ਨੰਬਰਦਾਰ ਹੀ ਆ। ਠੀਕ ਆ, ਉਹ ਘੋੜੀ ਸਵਾਰ ਬਣਾ ਗਈ। ਤੇ ਬਾਈ ਫਿਰ ਘੋੜਾ ਪਹਿਲੀ ਵਾਰ ਰੱਖਿਆ ਇਹ, ਕਿ ਪਹਿਲਾਂ ਵੀ ਕੋਈ ਘੋੜਾ ਸਟਾਲੀਅਨ ਪਾਲਿਆ? ਪਹਿਲਾਂ ਹੀ ਆ। ਪਹਿਲਾਂ ਹੀ ਆ। ਤੇ ਮੰਡੀਆਂ ਮੁੰਡੀਆਂ ਤੇ ਜਾਂਦਿਆਂ ਨੂੰ ਕਿੰਨਾ ਕੁ ਟਾਈਮ ਹੋ ਗਿਆ? ਮੰਡੀਆਂ ਤੇ ਤਾਂ ਉਦੋਂ ਦੇ ਹੀ ਜਾਂਦੇ ਆ, ਪਹਿਲਾਂ ਤੋਂ ਹੀ। ਪਹਿਲਾਂ ਤੋਂ, ਸ਼ੁਰੂ ਤੋਂ ਹੀ। ਤੇ ਮੰਡੀ ਤੇ ਫਿਰ ਕੀ ਕਰਨ ਜਾਂਦੇ? ਨਾ ਤੁਸੀਂ ਵੇਚਦੇ ਆ ਘੋੜੇ, ਨਾ ਖਰੀਦਦੇ ਆ, ਨਾ ਸਾਨ ਆ? ਬਸ ਔਂ ਕੀ ਹੁੰਦਾ ਕੀ ਕੀ ਹੁੰਦਾ ਬਾਈ ਇੱਥੇ ਮੰਡੀ ਤੇ? ਕੀ ਸਵਾਦ ਹੁੰਦਾ ਸੁਣਨ ਵਾਲੇ ਨੂੰ, ਪਤਾ ਲੱਗੇ ਵੀ ਯਾਰ ਬੰਦਾ ਵੀ ਹੋਰ ਮੰਡੀ ਤੇ ਜਾਣ ਲੱਗ ਜਾਏ? ਯਾਨੀ ਕਿ ਨਜ਼ਾਰਾ ਹੀ ਵੱਖਰਾ। ਉਹ ਜਿਹੜਾ ਮੰਡੀ ਤੇ ਜਾਣ ਲੱਗ ਗਿਆ ਉਹ ਰਹਿ ਨਹੀਂ ਸਕਦਾ, ਵਿਆਹ ਛੱਡ ਦੂ ਬੰਦਾ ਮੰਡੀ, ਮੰਡੀ ਨਹੀਂ ਛੱਡਦਾ। ਮੰਡੀ ਤੇ ਬਾਈ ਕੀ 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 ਇੱਕ ਹੁੰਦਾ ਨਾ, ਯਾਰ ਮਿੱਤਰ ਸਾਰੇ ਇਕੱਠੇ ਹੁੰਦੇ ਆ। ਹਾਂ, ਵਧੀਆ ਆਪਦਾ ਘਰੋਂ ਆਉਣ ਨੂੰ ਜੀ ਨਹੀਂ ਕਰਦਾ, ਜਦੋਂ 4 ਦਿਨ ਰਹਿ ਕੇ ਮੁੜ ਕੇ ਐਂ ਲੱਗਦਾ ਵੀ ਯਾਰ ਅੱਜ ਜਾਣਾ ਪਿੰਡ ਨੂੰ। ਵੀ ਕੇਰਾਂ ਆ ਕੇ ਵੀ ਮਿੱਤਰ ਜਿੰਨੇ ਹੁੰਦੇ ਆ ਇਕੱਠੇ ਰਹਿੰਦੇ ਆ, ਫਿਰ ਕੇਰਾਂ ਜਦੋਂ ਮੰਡੀ ਤੋਂ ਮੁੜਿਆ ਉਹਨੇ ਉਦੋਂ ਵੀ ਉਜੜਿਆ ਜਿਹਾ ਲੱਗਣ ਲੱਗ ਜਾਂਦਾ ਹਨਾ, ਵੀ ਐਂ ਲੱਗਦਾ ਵੀ ਫਿੱਕਾ ਫਿੱਕਾ ਜਿਹਾ ਸਾਰਾ ਕੁਝ ਲੱਗਣ ਲੱਗ ਜਾਂਦਾ। ਬਹੁਤ ਜਾ ਹੁੰਦਾ ਪਹਿਲਾਂ 10-20-15 ਦਿਨ ਤਾਂ ਪਹਿਲਾਂ ਹੀ ਕਰੀ ਜਾਂਦੇ ਆ ਵੀ ਆ ਗਈ ਮੰਡੀ, ਆ ਗਈ ਮੰਡੀ, ਸਾਲ ਹੀ 6 ਮਹੀਨੇ ਡੀਕੀ ਜਾਂਦੇ ਆ। ਹੁਣ ਅੱਜ ਤੋਂ ਦਿਨ ਕਹਿਣ ਲੱਗ ਗਏ ਦੇ, ਬਹੁਤ ਦਿਨਾਂ ਦੀ ਗਿਣੀ ਜਾਂਦੀ। ਜਿਹੜਾ ਉਹ ਜਿਵੇਂ ਆਪਾਂ ਨਿਆਣੇ ਹੁੰਦੇ ਜਦੋਂ, ਹੁਣ ਤੁਸੀਂ ਤਾਂ ਪੜ੍ਹਦੇ ਹੋਵੋਗੇ, ਉਹ ਜਦੋਂ ਨਿਆਣੇ ਹੁੰਦੇ ਸੀ ਉਹ ਦੀਵਾਲੀ ਨੂੰ ਡੀਕਣ ਲੱਗ ਜਾਂਦੇ ਹੁੰਦੇ ਸੀਗੇ, ਵੀ ਦੀਵਾਲੀ ਨੂੰ ਡੀਕਣ ਲੱਗ ਜਾਣਾ ਵੀ ਦੀਵਾਲੀ ਆਊਗੀ, ਉਦੋਂ ਛੁੱਟੀਆਂ ਹੋਣਗੀਆਂ, ਉਦੋਂ ਯਾਰ ਪੜਾਕੇ ਚਲਾਵਾਂਗੇ। ਉਵੇਂ ਆਪਾਂ ਕਹਿ ਸਕਦੇ ਵੀ ਘੋੜਿਆਂ ਵਾਲਿਆਂ ਵਾਸਤੇ ਵੀ ਇਹ ਦੀਵਾਲੀ ਹੈ, ਦੀਵਾਲੀ ਹੈ ਹਨਾ। ਉੱਥੇ ਜਾ ਕੇ 11 ਮਿੱਤਰਾਂ ਨੂੰ ਮਿਲਣਾ, ਉੱਥੇ ਤੜਕੇ ਤੁੜਕੇ ਆਪਦੇ ਹੱਥ ਦੇ ਲਾਉਣੇ, ਫਿਰ 5-4 ਦਿਨ ਬੰਦਾ ਬੁੜੀਆਂ ਨਾਲ ਵੀ ਲੜਦਾ, ਤੁਸੀਂ ਉਹੋ ਜਿਹੀ ਸਬਜ਼ੀ ਨਹੀਂ ਬਣਾਉਂਦੇ ਜੇ ਜੀ ਉੱਥੇ ਮੰਡੀ 'ਚ ਬਣਦੀ ਹੈ। ਹੁਣ ਮੰਡੀ 'ਚ ਤਾਂ ਭਰੀ ਕੜਛੀ ਘਿਓ ਦੀ ਪਾਈ ਭਰੀ ਪਾਈ, ਘਰੇ ਬੁੜੀਆਂ ਤੋਂ ਕਿੱਥੇ ਉਨਾ ਪੈਂਦਾ ਹਨਾ। ਉਹ ਬਾਈ ਮਾਹੌਲ ਵੀ ਇੱਕ ਵੱਖਰਾ ਹੁੰਦਾ ਹਨਾ ਬਾਈ। ਮੰਡੀਆਂ ਦੇ ਜਾਂਦੇ ਆ ਮਿਲਦੇ ਆ ਤੁਸੀਂ ਕਿ ਚਿਰ ਦੇ ਜਾਂਦੇ ਆ, ਕੋਈ ਇਹੋ ਜਿਹਾ ਯਾਰ ਮਿੱਤਰ ਹੋਵੇ ਜਿਹੜਾ ਮੰਡੀ 'ਤੇ ਬਣ ਗਿਆ ਹੋਵੇ ਅਤੇ ਹੁਣ ਰਿਸ਼ਤੇਦਾਰਾਂ ਵਾਂਗੂ ਵਰਤਦੇ ਹੋ? ਵਰਤਦੇ ਆ, ਸਾਡੇ ਨਾਲ ਸਾਰੇ ਮਿੱਤਰ ਆ ਸਾਡੇ, ਜਗਰਾਮੀ ਹੈਗਾ ਤਤਲਾ ਅੰਬੀਰ ਆ ਸਾਡਾ ਜੀ, ਉਹਦੇ ਕੋਲ ਹੀ ਰਹਿੰਦੇ ਅਸੀਂ ਜਾ ਕੇ। ਠੀਕ ਹੈ ਜੀ, ਠੀਕ। ਬਹੁਤ ਪਿਆਰ ਆ, ਬਹੁਤ ਜ਼ਿਆਦਾ ਪਿਆਰ ਆ ਉਹਦੇ ਨਾਲ ਸਾਡਾ। ਠੀਕ ਆ, ਉਹਦੇ ਨਾਲ ਮੁੰਡਾ ਜਗਰਾਮ
ਠੀਕ ਹੈ ਜੀ ਠੀਕ ਹੈ ਉਹ ਪਿਆਰਾ ਤੇ ਨਾਲ ਸਾਡਾ ਆ ਉਹ ਮੰਡੀ ਦਾ ਕਰਕੇ ਬਣ ਗਿਆ ਸਾਡੇ ਕੋਲੇ ਹੀ ਮੰਡੀ ਚ ਰਹਿਣਾ ਰਾਤ ਨੂੰ ਸਾਡੇ ਕੋਲੇ ਹੀ ਸੌਣਾ ਬੱਚੇ ਨੇ ਵੀ ਉਹਦੇ ਨੇ ਸਾਡੇ ਕੋਲੇ ਹੀ ਰਹਿਣਾ ਮੰਡੀ ਚ ਮਤਲਬ ਘਰੇ ਨਹੀਂ ਆਉਣਾ ਉਹਨਾਂ ਨੇ ਦੋਨੇ ਪਿਓ ਪੁੱਤਾਂ ਨੇ ਨਾ ਤੇ ਬਾਈ ਵੇਚਦੀ ਤੁਸੀਂ ਘੋੜੇ ਛੱਡਤੇ ਸੀ ਹਾਂਜੀ 14 ਸਾਲ ਪਹਿਲਾਂ ਤੁਹਾਡੇ ਘੋੜੇ ਹੁੰਦੀ ਸੀ ਉਸ ਤੋਂ ਬਾਅਦ ਘੋੜੇ ਛੱਡਤੇ ਸੀ ਤੇ ਮੰਡੀ ਤੇ ਜਾਣਾ ਛੱਡਤਾ ਸੀ ਨਹੀਂ ਮੰਡੀ ਤੇ ਤਾਂ ਜਾਂਦੇ ਸੀ ਮੰਡੀ ਤੇ ਜਾਂਦੇ ਕੋਲੇ ਸੀਆਂ ਘੋੜੇ ਮੇਰਾ ਭਰਾ ਹੀ ਆ ਠੀਕ ਹੈ ਜੀ ਵੀ ਮੰਡੀ ਤੇ ਜਾਣਾ ਨਹੀਂ ਛੱਡਿਆ ਚਲੋ ਮਾਲਕ ਨੇ ਫੇਰ ਹਨਾ ਸਬੱਬ ਬਣ ਗਿਆ ਹੁਣ ਬਈ ਘਰੇ ਇੱਥੇ ਬਾਪੂ ਆ ਤੁਸੀਂ ਤੁਸੀਂ ਰਹਿੰਦੇ ਆ ਤੇ ਬੱਚੇ ਮਗਰ ਪੂਰਾ ਦੇ ਰਹੇ ਸਾਥ ਵੀ ਹਾਂ ਬਈ ਸਾਂਭ ਪੂਰਾ ਗੱਦੀ ਦਾ ਤੇ ਬਾਪੂ ਨੂੰ ਪਹਿਲਾਂ ਸ਼ੌਂਕ ਸੀ ਘੋੜੀਆਂ ਦਾ ਹਾਂ ਸੀਗਾ ਸ਼ੌਂਕ ਸੀਗਾ ਸਾਡੇ ਦਾਦੇ ਦੀਆਂ ਵੀ ਰੱਖੀ ਸੀ ਪਹਿਲਾਂ ਮਤਲਬ ਆਪਾਂ ਇਹ ਕਹਿ ਸਕਦੇ ਪੀੜੀ ਦਰ ਪੀੜੀ ਸ਼ੌਂਕ ਆ ਜਿਹੜਾ ਹੌਲੀ 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 ਥੋੜਾ ਥੋੜਾ ਤੁਰਿਆ ਆ ਅੱਗੇ ਤੇ ਹੁਣ ਮੈਨੂੰ ਐਂ ਦੱਸ ਦਿਓ ਫਿਰ ਵੀ ਹੁਣ ਘੋੜਾ ਛੱਡਣ ਲੱਗ ਗਏ ਆਪਣੇ ਵਾਲਾ ਹਾਂਜੀ ਹਾਂਜੀ ਤੇ ਘੋੜੇ ਦੀ ਕੀ ਫੀਸ ਫੂਸ ਰੱਖਤੀ ਬਾਈ 11,000 ਰੁਪਏ 11,000 ਰੁਪਏ ਫੀਸ ਆ ਦੀ ਤੇ ਕਿੰਨੀਆਂ ਘੋੜੀਆਂ ਭਰਤੀਆਂ ਤਿੰਨ ਕਵਰ ਕਰਨ ਵਾਲੇ ਤਿੰਨ ਕਵਰ ਕਰਾਈਆਂ ਹਲੇ ਚੈੱਕ ਪਾਸ ਨਹੀਂ ਹੋਇਆ ਥੋੜੇ ਦਿਨ ਹੀ ਹੋਇਆ ਅੱਛਾ ਅੱਛਾ ਮਤਲਬ ਹੁਣੇ ਹੁਣੇ ਛੱਡਿਆ ਹੀ ਆ ਛੱਡੇ ਹੀ ਆ ਜੀ ਠੀਕ ਆ ਠੀਕ ਆ ਤੇ ਸਵਾਰੀ ਫਿਰ ਕਦੋਂ ਕਰਨ ਲੱਗ ਗਏ ਸੀ ਇੱਥੇ ਸਵਾਰੀ ਹੋ ਗਈ 4 ਮਹੀਨੇ ਹੋ ਗਏ 4 ਮਹੀਨੇ ਹੋ ਗਏ ਸਵਾਰੀ ਕਰਦੇ ਹਾਂ ਤੁਹਾਨੂੰ ਤੇ ਫਿਰ ਸਿੱਟਿਆ ਸੁੱਟਿਆ ਨਹੀਂ ਕਿਤੇ ਨਹੀਂ ਜਮਾਂ ਨਹੀਂ ਸਿੱਟਿਆ ਤੇ ਜਮਾਂ ਹੀ ਨਹੀਂ ਡਿੱਗਿਆ ਹੁਣ ਤਾਈ ਨਾ ਇੱਕ ਵਾਰੀ ਡਿੱਗਿਆ ਹਲੇ ਤੱਕ ਕਿਹੜੇ ਘੋੜੇ ਤੋਂ ਡਿੱਗਿਆ ਸੀ ਉਹ ਘੋੜੀ ਸੀਗੀ ਉਹ ਵੀ ਡਰ ਗਈ ਸੀਗੀ ਉਹ ਤਾਂ ਡਿੱਗ ਪਈ ਸੀ ਨਹੀਂ ਡਿੱਗੇ ਹਲੇ ਤੱਕ ਕਿੱਥੇ ਕਿੱਥੇ ਡਿੱਗਿਆ ਸੀ ਖੇਤ ਹੀ ਡਿੱਗੇ ਸੀ ਫਿਰ ਘਰੇ ਆ ਕੇ ਦੱਸਤਾ ਸੀਗਾ ਡੈਡੀ ਨਾਲ ਹੀ ਸੀ ਘਰੇ ਬੀਬੀ ਉਹਨਾਂ ਨੂੰ ਦੱਸਤਾ ਸੀ ਨਹੀਂ ਘਰੇ ਨਹੀਂ ਦੱਸੇ ਘਰੇ ਨਹੀਂ ਦੱਸੇ ਅੱਜ ਹੁਣ ਵੀਡੀਓ ਦੇਖਣਗੇ ਹੁਣ ਪਤਾ ਲੱਗੂਗਾ ਵੀ ਹੁਣ 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 ਨਾ ਕਲੇਸ ਪਊਗਾ ਘਰੇ ਵੀ ਉਦੋਂ ਤੂੰ ਡਿੱਗਿਆ ਸੀ ਜੇ ਸੱਟ ਵੱਜ ਜਾਂਦੀ ਹੁਣ ਤਾਂ ਜਦ ਵੱਡੇ ਹੋ ਗਏ ਹੁਣ ਤਾਂ ਚੱਲ ਕਹਿਣਾ ਕੀ ਆ ਹਾਂ ਉਦੋਂ ਗਾਲਾਂ ਪੈਣੀਆਂ ਉਹਦੇ ਫਿਰ ਦੋਨੇ ਜਾਣੇ ਬਿਉਂਤ ਬਣਾ ਲਈ ਪਿਓ ਪੁੱਤਾਂ ਨੇ ਵੀ ਆਪਾਂ ਘਰੇ ਨਹੀਂ ਦੱਸਣਾ ਹਾਂਜੀ ਘਰੇ ਘੋੜੀ ਭੱਜ ਕੇ ਗਈ ਅਸੀਂ ਕਹਿੰਦੇ ਖੇਤੋਂ ਸੁੱਟ ਕੇ ਭੱਜੇ ਸੀ ਹਾਂ ਇਹ ਹੁੰਦਾ ਯਾਰ ਮੈਂ ਕਾਲੀ ਲਿਆਇਆ ਤੇ ਮੈਂ ਉੱਤੇ ਬਿਠਾਤਾ ਸੋਲ ਆਪਣਾ ਨਿੱਕ ਉਹ ਤੋਂ ਬਾਹਲਾ ਨਿਆਣਾ ਸੀ ਉੱਡਾ ਕੀ ਸੀ ਉਹ ਪਹਿਲਾਂ ਤਾਂ ਚੰਗੀ ਭਲੀ ਜੀ ਤੁਰੀ ਆਈ ਪਤਾ ਨਹੀਂ ਸਾਡਾ ਮੋਟਰਸਾਈਕਲ ਮਗਰ ਸੀਗਾ ਉਹਦੇ ਪਤਾ ਨਹੀਂ ਕੀ ਮਨ ਜੇ 'ਚ ਵੱਜੀ ਮੋਟਰਸਾਈਕਲ ਕੋਈ ਅੱਗੇ ਜਾਂਦਾ ਸੀ ਰੱਬ ਜਾਣਦਾ ਉਹਦੇ ਮਨ 'ਚ ਵੱਜੀ ਵੀ ਉਹ ਮੂਹਰੇ ਨਿਕਲ ਗਿਆ ਉਹ ਭੱਜ ਲਈ ਉੱਤੇ ਜਵਾਕ ਬੈਠਾ ਉਹ ਜਿੰਨੀ ਸਪੀਡ 'ਤੇ ਜਾਣਾ ਤਾਂ ਭੱਜ ਸਕਦੀ ਸੀ ਉੰਨੀ ਸਪੀਡ 'ਤੇ ਉਹ ਜਵਾਕ ਨੂੰ ਉੱਤੇ ਬਿਠਾ ਕੇ ਭੱਜ ਲਈ ਅਤੇ ਪਰ ਉਹ ਜਵਾਕ ਵੀ ਉਹਦੀਆਂ ਫੜ ਕੇ ਚੁੰਡੇ ਅਤੇ ਬੈਠਾ ਰਿਹਾ ਅਤੇ ਜਦੋਂ ਅਸੀਂ ਜਮ੍ਹਾਂ ਨਾਰ ਲਾਇਆ ਜਾਂਦਾ ਸੀ 70 'ਤੇ ਕਰਕੇ ਮੋਟਰਸਾਈਕਲ ਉਹਦੇ ਨਾਰ ਲਾਇਆ ਅਤੇ ਫਿਰ ਉਹ ਰੁਕੀ ਜਦੋਂ ਮੋਟਰਸਾਈਕਲ ਸਾਡਾ ਨਾਰ ਰਲ ਗਿਆ ਰੱਬ ਤਾਂ ਜਾਣਦਾ ਵੀ ਉਹਦੇ ਦਿਮਾਗ 'ਚ ਵੱਜੀ ਵੀ ਇਹ ਤਾਂ ਮਗਰ ਹੀ ਆਉਂਦੇ ਸੀ ਵੀ ਮੈਂ ਮੇਰੇ ਨੂੰ ਭੁਲੇਖਾ ਮੂਹਰੇ ਪੈ ਗਿਆ ਅਤੇ ਰੱਬ ਜਾਣਦਾ ਤਾਂ ਕੀ ਹੋਈ ਅਤੇ ਉਦੋਂ ਫਿਰ ਉਹ ਰੁਕ ਗਈ ਨਾਲ ਹੀ ਬਿਨਾਂ ਖਿੱਚੇ ਤੋਂ ਫਿਰ ਕਿਤੇ ਜਾ ਕੇ ਕੰਟਰੋਲ ਕੀਤੀ ਅਤੇ ਮੁੜ ਕੇ ਅਸੀਂ ਘਰੇ ਆ ਕੇ ਦੱਸਿਆ ਹੀ ਨਹੀਂ ਗਾ ਵੀ ਐਂ ਹੋ ਗਈ ਸਾਨੂੰ ਆਏ ਸੀ ਵੀ ਘਰਦਿਆਂ ਨੇ ਦੂੜ ਕੇ ਜਵਾਕਾਂ ਨੂੰ ਨਹੀਂ ਭੇਜਣਾ ਨਾ ਜਵਾਕ ਵੀ ਜਮ੍ਹਾਂ ਹੀ ਸਾਈ ਹੋ ਗਏ ਇਹਨਾਂ ਨੇ ਵੀ ਨਹੀਂ ਦੱਸਿਆ ਆ ਕੇ ਇਹਨਾਂ ਨੂੰ ਆਏ ਸੀ ਵੀ ਇਹਨੂੰ ਤਾਂ ਸਿਆਣੇ ਨੂੰ ਭੇਜ ਦਿਆ ਕਰਨਗੇ ਅਤੇ ਮੈਨੂੰ ਨਹੀਂ ਮੁੜ ਕੇ ਭੇਜਿਆ ਕਰਨ ਸਹੀ ਗੱਲ ਹੈ ਘੋੜੇ ਰੱਖੇ ਤਾਂ ਹੀ ਜਾਂਦੇ ਆ ਬਾਈ ਹੈ ਨਾ ਜੇ ਆਪਾਂ ਐਵੇਂ ਸੱਟਾਂ ਤੋਂ ਡਰਦੇ ਕਰੀ ਜਾਵਾਂਗੇ ਫਿਰ ਘੋੜਾ ਨਹੀਂ ਰੱਖਿਆ ਜਾਂਦਾ ਤੇ ਬਾਈ ਫਿਰ ਇਹਦੀ ਮਾਂ ਜਿਹੜੀ ਇਹ ਘੋੜੇ ਦੀ ਉਹ ਤੁਸੀਂ ਖਰੀਦਿਆ ਸੀਗਾ ਇਹ ਘਰ ਜੰਮੀ ਨਹੀਂ ਇਹ ਤਾਂ ਘਰ ਜੰਮੀ ਘਰੇ ਪੈਦਾ ਹੋਇਆ ਤੁਹਾਡੇ ਤੇ ਇਹਦੀ ਮਾਂ ਫਿਰ ਉਹ ਲਿਆਂਦੀ ਸੀ ਆਪਾਂ ਖਰੀਦੀ ਸੀ ਅੱਛਾ ਉਹ ਲਿਆਂਦੀ ਸੀ ਉਹ ਕਿਹਦੀ ਆ ਉਹ ਸ਼ੇਰੂ ਦੀ ਮਾਂ ਨੂੰ ਕਹਿੰਦੇ ਡੈਥ ਹੋ ਗਈ ਨਿੰਜੇ ਵਾਲੇ ਘੋੜੇ ਦੀ ਤੇ ਨਿੰਜੇ ਵਾਲਾ ਘੋੜਾ ਹੈਗਾ ਤੂਫਾਨ ਲਾਈਨ ਚੋਂ ਹਾਂਜੀ ਉਹ ਪਤਾ ਨਹੀਂ ਤੂਫਾਨ ਲਾਈਨ ਚੋਂ ਕਿਹਦਾ ਸੀਗਾ ਹੁਣ ਉਹ ਨਿੰਜੇ ਤੋਂ ਪੁੱਛਣਾ ਪਊਗਾ ਹਾਂਜੀ ਉਹ ਹੈ ਤਾਂ ਸੀ ਤਾਂ ਉਹ ਤੂਫਾਨ ਲਾਈਨ ਦਾ ਘੋੜਾ ਹਨਾ ਬਹੁਤ ਮਸ਼ਹੂਰ ਰਿਹਾ ਬਹੁਤ ਫੇਮਸ ਰਿਹਾ ਉਹਦੀ ਬੱਚੀ ਆ ਉਹਦੀ ਬੱਚੀ ਆ ਤੇ ਉਹ ਬਈ ਉਹਨੇ ਕਿੰਨੇ ਬੱਚੇ ਦਿੱਤੇ ਹੁਣ ਤੱਕ ਉਹਨੇ 3 ਦਿੱਤੇ ਆ ਹੁਣ ਦੁਬਾਰੇ ਗੱਬਣ ਮੈਂ ਸੁਣਿਆ ਵੀ ਕਹਿੰਦੇ ਉੱਤੇ ਜੇ ਜਾਂ ਘੋੜਾ ਛੱਡ ਦਿੰਦੇ ਆ ਉਹ ਜਿਵੇਂ ਸੇਮ ਮਾਰਕਿੰਗ ਦਾ ਬੱਚਾ ਸੇਮ ਮਾਰਕਿੰਗ ਇਹ ਜਮਾਂ ਕਾਲਾ ਦੇਤਾ ਉਹ ਮੱਥੇ ਫੁੱਲ ਵਾਲੀ ਆ ਤੇ ਜਿਹੜੀ ਬਸ਼ੇਰੀ ਆ ਉਹ ਵੀ ਜਮਾਂ ਕਾਲੀ ਆ ਜੀ ਉਦੋਂ ਪਹਿਲਾਂ ਬਸ਼ੇਰਾ ਸੀ ਮੱਥੇ ਪਟਾ 2 ਪੈਰ ਚਿੱਟੇ ਠੀਕ ਆ ਤੇ ਉਹ ਮੱਥੇ ਪਟੇ ਤੇ 2 ਪੈਰ ਚਿੱਟਿਆਂ ਵਾਲਾ ਘੋੜਾ ਛੱਡਿਆ ਉਹ ਹੋ ਜਾ ਦੇਤਾ ਹਾਂਜੀ ਤੇ ਹੁਣ ਉਹ ਆਪਣੇ ਕੋਲ ਹੀ ਆ ਹਾਂਜੀ ਆਪਣੇ ਕੋਲ ਹੀ ਆ ਆਪਣੀ ਭੂਆ ਕੋਲੇ ਜੀ ਅੱਛਾ ਉਹ ਆਪਣੇ ਘਰੇ ਆ ਦੇ ਭੂਆ ਦਾ ਅੱਛਾ ਇਹਨਾਂ ਕੋਲੇ ਆ ਹੁਣ ਇਹ ਚਲੋ ਮਾਲ ਕਿਰਪਾ ਕਰੇ ਹੁਣ ਇਹਨਾਂ ਦੇ ਘਰੇ ਹਨਾ 32 ਲੱਗ ਜਾਵੇ ਉਹ ਜਾਨਵਰ ਇਹੋ ਜਿਹਾ ਜਾਨਵਰ ਦੇਣਾ ਨਹੀਂ ਚਾਹੀਦਾ ਕਹਿੰਦੇ ਹੀਰੇ ਵੇਚ ਲਓ ਹੀਰਿਆਂ ਦੀ ਖਾਨ ਨਹੀਂ ਵੇਚਣੀ ਚਾਹੀਦੀ ਹਨਾ ਉਹ ਹੀਰਿਆਂ ਦੀ ਖਾਨ ਆ ਪਿਆ ਸੀ ਘੋੜੇ ਦੇ ਗੱਬਣਾ ਹੀ ਘੋੜਾ ਹੁਣ ਉਹ ਘੋੜੀ ਫਿਰ ਚੰਗੇ ਘੋੜੇ ਤੋਂ ਹਾਂਜੀ ਗ੍ਰੇਟ ਗੈਂਗਰ ਤੋਂ ਮਾਲ ਕਿਰਪਾ ਕਰੇ ਜਾਂਦਾ ਆਪਾਂ 2-3 ਸਾਲਾਂ ਬਾਅਦ ਫਿਰ ਇਹ ਬੰਦੇ ਦੀ ਇੰਟਰਵਿਊ ਕਰਾਂਗੇ ਭਾਈ ਹਨਾ ਹਾਂ ਵੈਸੇ ਹੁਣ ਅੱਧਾ ਕੁ ਜਾਣਕਾਰੀ ਤਾਂ ਹੋਣ ਵਾਲੀ ਆ ਵੀ ਬੱਚਾ ਆਉਣ ਵਾਲਾ ਦਾਤਾ ਦਿਆ ਕਰੇ ਤੇ ਵੈਸੇ ਜਦੋਂ ਕਹਿੰਦੇ ਘੋੜਾ ਅਗਲੇ ਨੂੰ ਨਾ ਸੋਹਣਾ ਲੱਗਦਾ ਬਾਈ ਤੁਰਿਆ ਫਿਰਦਾ
ਪਰ ਇੱਥੋਂ ਤੱਕ ਪਹੁੰਚਾਉਣੇ ਬਹੁਤ ਔਖਾ ਕੰਮ ਆ, ਬਹੁਤ ਮਿਹਨਤ ਵਾਲਾ ਕੰਮ ਆ। ਜਦੋਂ ਆਪਾਂ ਘੋੜੇ ਨੂੰ ਪਹਿਲਾਂ ਪੈਦਾ ਹੁੰਦਾ, ਪਹਿਲਾਂ ਘੋੜੀ ਗੱਭਣ ਰਹੂਗੀ ਕਿ ਨਹੀਂ ਰਹੂਗੀ ਇਹ ਫਿਕਰ, ਫਿਰ ਸੂਣ ਵੇਲੇ ਫਿਕਰ, ਫਿਰ ਬੱਚੇ ਨੂੰ ਪਾਲਣਾ, ਫਿਰ ਉਹਨੂੰ ਸੱਟਾਂ ਫੇਟਾਂ ਤੋਂ ਬਚਾਉਣਾ, ਐਲਤੀ ਬਹੁਤ ਹੁੰਦੇ ਆ ਹੈ ਨਾ, ਫਿਰ ਸੱਟਾਂ ਫੇਟਾਂ ਤੋਂ ਬਚਾ ਕੇ ਫਿਰ ਕਿਤੇ ਜਾ ਕੇ ਵੱਡਾ ਹੋ ਜਾਂਦਾ, ਫਿਰ ਵੱਡਾ ਹੋ ਕੇ ਫਿਰ ਮਿਹਨਤ ਬਹੁਤ ਹੁੰਦੀ ਹੈ ਹਨਾ, ਤਿੰਨ ਚਾਰ ਸਾਲ ਸਾਂਭ ਕੇ ਫਿਰ ਕਿਤੇ ਜਾ ਕੇ ਉੱਤੇ ਬੈਠਣ ਵਾਲਾ ਹੁੰਦਾ। ਵੀ ਪਹਿਲਾਂ ਤਾਂ ਇਹ ਹੁੰਦਾ ਵੀ ਉਹਨੂੰ ਕੰਢੇੜੇ ਚੱਕ ਕੇ ਆਪ ਸਵਾਰੀ ਕਰਾਉਣੀ ਪੈਂਦੀ ਹੈ, ਫਿਰ ਕਿਤੇ ਜਾ ਕੇ ਬੈਠਣਾ ਪੈਂਦਾ ਹਨਾ। ਤੇ ਬਾਈ ਬਹੁਤ ਤੁਹਾਡੇ ਚ ਮਨ ਨੂੰ ਖੁਸ਼ੀ ਇਸ ਕਰਕੇ ਹੋਈ ਕਿ ਤਿੰਨ ਪੀੜ੍ਹੀਆਂ ਇੱਥੇ ਬੈਠੀਆਂ, ਬਾਪੂ ਬੈਠਾ, ਤੁਸੀਂ ਬੈਠੇ ਆ, ਆਹ ਬੈਠਾ, ਮਾਲਕ ਕਿਰਪਾ ਕਰੇ ਅਗਲੀ ਪੀੜ੍ਹੀ ਆ ਜਿਹੜੀ ਉਹ ਵੀ ਐਂ ਬੈਠੇ। ਕਿਉਂਕਿ ਹੁਣ ਐਂ ਆ ਕਿ ਬਾਈ ਫਿਰ ਜਵਾਕ ਨੂੰ ਬਾਹਰ ਬੂਹਰ ਭੇਜਣ ਦਾ ਨਹੀਂ ਸੋਚਿਆ, ਰੌਣਕ ਬਖਸ਼ੀ ਫਿਰ ਲੋੜ ਵੀ ਨੀ। ਕੋਈ ਗੱਲ ਨੀ, ਬਾਹਰ ਵੀ ਜਾ ਰਹੇ ਆ ਲੋਕ, ਉਹ ਵੀ ਚੰਗੀ ਗੱਲ ਆ। ਡੈਡੀ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਜੀ। ਅੱਛਾ, ਤੁਸੀਂ ਕੈਨੇਡਾ ਵਾਲਾ ਵੀਜ਼ਾ ਤੁਸੀਂ ਲਾਇਆ ਕਿਹੜਾ? ਹਾਂ, ਕਰੋਨਾ ਨੇ ਨੀ ਜਾਣ ਦਿੱਤਾ। ਚਲੋ ਗੇੜਾ ਗੂੜਾ ਕੱਢਿਆ ਨਾਲ ਇੰਨੇ ਨਾਲ ਪਤਾ ਲੱਗਿਆ। ਅੱਛਾ, ਬੇਟੀ ਤੁਹਾਡੀ ਬਾਹਰ, ਠੀਕ ਹੈ, ਚਲੋ ਵਧੀਆ ਗੱਲ ਆ, ਨਾਲੇ ਉੱਧਰ ਵੀ ਹੈਗਾ ਹਨਾ। ਤੇ ਬਹੁਤ ਬਾਈ ਚੰਗਾ ਲੱਗਿਆ, ਮੈਂ ਆਪਣੇ ਦੋਸਤਾਂ ਨੇ ਨਾਲ ਦੀ ਨਾਲ ਘੋੜਾ ਵੇਖ ਲਿਆ। ਤੇ ਇੱਕ ਬਾਈ ਤੁਹਾਡੇ ਕੋਲ ਸੱਚ ਫੋਰਡ ਟਰੈਕਟਰ ਆ, ਫੋਰਡ ਟਰੈਕਟਰ ਮੈਨੂੰ ਪਤਾ ਲੱਗਿਆ ਸੀ। ਫੋਰਡ, ਫਿਰ ਫੋਰਡ ਵੇਚਣਾ ਉਹ ਕਾਹਤੋਂ ਵੇਚਣਾ? ਉਹ ਖੇਤੀ ਛੱਡਤੀ, ਹੁਣ ਖੇਤੀ ਛੱਡਤੀ। ਹਾਂਜੀ, ਅੱਛਾ, ਖੇਤੀ ਛੱਡਤੀ। ਲੈ ਵੀ ਸੱਜਣੋ, ਜੇ ਤਾਂ ਤੁਹਾਨੂੰ ਘੋੜੇ ਤੋਂ ਮਤਲਬ ਬੱਚਾ ਚਾਹੀਦਾ ਹੋਇਆ ਤਾਂ ਬਾਈ ਹੋਣਾ ਨਾਲ ਸੰਪਰਕ ਕਰ ਲਿਓ। ਤੇ ਫੋਰਡ ਟਰੈਕਟਰ ਦਾ ਤੁਹਾਨੂੰ ਮੈਂ ਸੀਨ ਦਿਖਾ ਰਿਹਾ, ਤੁਹਾਡੇ ਸਾਹਮਣੇ ਫਿਰਦਾ ਫੋਰਡ ਟਰੈਕਟਰ। ਤੇ ਜੇ ਤੁਸੀਂ ਫੋਰਡ ਟਰੈਕਟਰ ਤੁਹਾਨੂੰ ਚਾਹੀਦਾ, ਮਾਡਲ ਕਿੰਨਾ ਬਾਈ ਫੋਰਡ ਟਰੈਕਟਰ? ਇਹ ਤੁਸੀਂ ਕਢਾਇਆ ਸੀ? ਹਾਂ, ਓਰੀਜਨਲ। ਤੁਸੀਂ ਵੀ ਕਢਾਇਆ ਸੀ? ਤੇ ਤੁਹਾਡੇ ਕੋਲ ਹੀ ਚੱਲਿਆ ਪਾਸੇ ਪਹਿਲੇ ਹੱਥ ਆਪਾਂ ਕਹਿ ਸਕਦੇ, ਪਹਿਲੇ ਨੌ ਆ। ਤੇ ਇਹ ਪਹਿਲੇ ਨੌ ਆ ਬਾਈ, ਬਾਈ ਹੋਣਾ ਨੇ ਕਢਾਇਆ ਸੀਗਾ। ਤੇ ਇਹ ਹੁਣ ਵੇਚਣ ਲੱਗੇ ਆ। ਮੇਰੇ ਹਿਸਾਬ ਨਾਲ ਚੀਜ਼ ਚੰਗੀ ਆ ਜਿਹੜੀ ਇੱਕ ਹੱਥ ਚੱਲੀ ਆ, ਨਹੀਂ ਤਾਂ ਜੇ ਖਰਾਬ ਕਰਦੀ ਹੁੰਦੀ ਤਾਂ ਬੰਦਾ ਬਦਲ ਦਿੰਦਾ, 95-96 ਦਾ ਆਇਆ ਹੋਇਆ। ਤੇ ਨਹੀਂ ਤਾਂ ਫਿਰ ਬੰਦਾ ਕਹਿ ਦਿੰਦਾ ਵੀ ਯਾਰ ਦਫਾ ਕਰੋ ਯਾਰ, ਖਰਾਬ ਕਰਦਾ ਹਨਾ। ਜੋੜੀ ਵੀ ਲੱਗੀ ਆ ਟਾਇਰਾਂ ਦੀ, ਨਵੇਂ ਟਾਇਰ। ਅੱਛਾ, ਥੋੜੀ ਹੋਈ ਖੇਤੀ ਹਿਸਾਬ ਦੀ, ਆਪਦੀ ਆਪਦੀ ਕੋਈ ਕਰਦੇ? ਦੂਜੀ ਜੋੜੀ ਵੀ ਲੱਗੀ ਓਰੀਜਨਲ, ਕੋਈ ਚੀਜ਼ ਨਹੀਂ ਡੁਪਲੀਕੇਟ, ਨਹੀਂ ਕਿੰਨੇ ਕ ਰੁਪਈਏ ਵੱਟ ਲਾਂਗੇ? ਉਦੋਂ ਦੁੱਗਣੇ ਵਾਂਗੂ ਜੱਟ ਜਿਹਦੇ ਕੋਲ ਖੜਾ ਹੋਇਆ, ਲੈ ਬਾਈ ਜੇ ਤੁਸੀਂ ਲੈਣਾ ਤਾਂ ਹੁਣ ਦੁੱਗਣੇ ਲਊਗਾ ਹਨਾ। ਤੇ ਹੁਣ ਐ ਤਾਂ ਹੈ ਨੀਗਾ ਵੀ ਆਪਾਂ ਇਹਦੇ ਨਾਲ ਕੋਈ ਬਾਲੇ ਨੀ, ਚਲੋ ਹਨਾ। ਪਰ ਠੀਕ ਆ, ਅਗਲੇ ਨੇ ਚੀਜ਼ ਵੇਚਣੀ ਆ, ਆਪਦੀ ਮਰਜ਼ੀ ਆ। ਲੈ ਵੀ ਫੋਰਡ 3600 ਜੇ ਚਾਹੀਦਾ ਹੋਇਆ ਬਾਈ ਹੋਣਾ ਨੂੰ, ਇਹ ਵੀ ਫੋਨ ਕਰ ਲਿਓ। ਤੇ ਜੇ ਘੋੜੇ ਤੋਂ ਅੱਗੇ ਬਰੀਡ ਚਾਹੀਦੀ ਹੋਈ ਤਾਂ ਉਹ ਵੀ ਫੋਨ ਕਰ ਲਿਓ। ਜਿਉਂਦੇ ਵੱਸਦੇ ਰਹੋ, ਬਹੁਤ ਬਹੁਤ ਧੰਨਵਾਦ।